ਕੁਰਾਲੀ ਦੇ ਖਾਲਸਾ ਸਕੂਲ ਦੇ ਨੇੜੇ ਬੀਤੇ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਲਈ ਲੰਗਰ ਚਲਾਇਆ ਗਿਆ ਸੀ ਤੇ ਕੁਝ ਦਿਨ ਪਹਿਲਾਂ ਹੀ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਲੰਗਰ ਦੇ ਸੇਵਾਦਾਰਾਂ ਤੇ ਹਮਲਾ ਕਰਕੇ ਉਹਨਾਂ ਦੀ ਕੁੱਟਮਾਰ ਕੀਤੀ ਤੇ ਭੰਨਤੋੜ ਵੀ ਕੀਤੀ ਗਈ ਸੀ ਜਿਸ ਦੇ ਚਲਦੇ ਅੱਜ ਰੋਸ ਵਜੋਂ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਕੁਰਾਲੀ ਸ਼ਹਿਰ 'ਚ ਰੋਸ ਮਾਰਚ ਕੱਢਿਆ ਗਿਆ ਤੇ ਕਿਸਾਨ ਯੂਨੀਅਨ ਜਿੰਦਾਬਾਦ ਦੇ ਨਾਰਿਆਂ ਦੇ ਨਾਲ ਨਾਲ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਜਮਕੇ ਨਾਅਰੇਬਾਜ਼ੀ ਵੀ ਕੀਤੀ ਗਈ ਮੇਰਾ ਪੰਜਾਬ ਨਿਊਜ਼ ਤੋਂ ਕੁਰਾਲੀ ਲਈ ਪ੍ਰਦੀਪ ਵਰਮਾ ਦੀ ਵਿਸ਼ੇਸ਼ ਰਿਪੋਰਟ ਇਹੀ ਗੱਲ ਕਹਿਣਾ ਚਾਹੁੰਦੀ ਹੈ ਕਿ ਨਾ ਤਾਂ ਸਾਡੇ ਬਜ਼ੁਰਗ ਕਦੇ ਵੀ ਕਿਸੇ ਵੀ ਕਿਸੇ ਮਾੜੀ ਚੀਜ਼ ਤੋਂ ਦਬੇ ਹੈ ਅਤੇ ਨਾ ਅਸੀਂ ਦਬਾਂਗੇ ਉਹਨਾਂ ਨੇ ਵੀ ਆਪਣੇ ਹੱਕ ਹਮੇਸ਼ਾ ਲਏ ਹੈ ਅਤੇ ਅਸੀਂ ਵੀ ਆਪਣੇ ਹੱਕਾਂ ਵਾਸਤੇ ਹਮੇਸ਼ਾ ਅੱਡਾ ਟੇਕ ਖੜਾ ਹੀ ਰਹਾਂਗੇ ਇੱਦਾਂ ਹੀ ਖੜਾਂਗੇ ਇੰਡੀਆ ਇਜ਼ ਦੀ ਓਨਲੀ ਕੰਟਰੀ ਕਿ ਜਿਹੜੀ ਚੀਜ਼ 'ਚ ਕਿਹਾ ਜਾਂਦਾ ਕਿ ਇੰਡੀਆ ਲੋਕਾਂ ਦੀ ਹੈ ਅਤੇ ਲੋਕਾਂ ਲਈ ਹੈ ਪਰ ਇਸ ਟਾਈਮ ਆਪਣੇ ਦੇਸ਼ 'ਚ ਇਹੋ ਜਿਹਾ ਕੁਛ ਨਹੀਂ ਹੋ ਰਿਹਾ ਜੋ ਲੋਕਾਂ ਲਈ ਹੈ ਅਤੇ ਲੋਕਾਂ ਦਾ ਹੈ ਲੋਕਾਂ ਦੇ ਵਿਰੁੱਧ ਉਹਨਾਂ ਦੇ ਭੱਲੇ ਲਈ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਜੋ ਉਹਨਾਂ ਦੇ ਭੱਲੇ ਲਈ ਨਹੀਂ ਆ ਜੇ ਸਾਡੇ ਭੱਲੇ ਲਈ ਕੋਈ ਕੁਛ ਕਰ ਰਿਹਾ ਸਾਨੂੰ ਪਤਾ ਹੈ ਸਾਡਾ ਭੱਲਾ ਕਿਹਦੇ 'ਚ ਆ ਜੇ ਸਾਨੂੰ ਉਸ 'ਚ ਭੱਲਾ ਨਹੀਂ ਲੱਗਦਾ ਅਸੀਂ ਉਹ ਚੀਜ਼ ਨਹੀਂ ਲਵਾਂਗੇ ਸਾਡੇ 'ਤੇ ਕਾਨੂੰਨ ਥੋਪ ਨਹੀਂ ਸਕਦੇ ਅਸੀਂ ਆਪਣੇ ਹੱਕ ਲੈ ਕੇ ਮੁੜਾਂਗੇ ਅਤੇ ਲੈ ਕੇ ਹੀ ਮੁੜਾਂਗੇ ਅੱਗੇ ਵੀ ਮੁੜਦੇ ਆਏ ਆ ਹੁਣ ਵੀ ਲੈ ਕੇ ਮੁੜਾਂਗੇ ਖਾਲੀ ਹੱਥ ਨਹੀਂ ਮੁੜਾਂਗੇ ਕਦੀ ਵੀ ਨਹੀਂ ਮੁੜੇ ਦੇਖੋ ਆਰ ਐੱਸ ਐੱਸ ਜਿਹੜੀ ਕਿਉਂਕਿ ਬੀ ਜੇ ਪੀ ਸਰਕਾਰ ਦੀ ਸਾਰਾ ਕੁਛ ਜੋ ਵੀ ਆਰ ਐੱਸ ਅਤੇ ਬੀ ਜੇ ਪੀ ਕਰ ਰਹੀ ਹੈ ਇਸ ਕਰਕੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹਨਾਂ ਨੇ ਲੰਗਰਾਂ 'ਤੇ ਹਮਲੇ ਕਰਨੇ ਵੀ ਸ਼ੁਰੂ ਕਰ ਰਹੇ ਤੁਸੀਂ ਦੇਖਿਆ ਕਿ ਚਾਹੇ ਚਾਈਨਾ ਬਾਰਡਰ 'ਤੇ ਦੇਖਿਆ ਚਾਹੇ ਤੁਸੀਂ ਪਾਕਿਸਤਾਨ ਦੇ ਬਾਰਡਰ 'ਤੇ ਜੋ ਬੈਰੀਗੇਟਿੰਗ ਅੱਜ ਦਿੱਲੀ ਦੇ ਵਿੱਚ ਹੋ ਰਹੀ ਹੈ ਕਿ ਸੜਕਾਂ 'ਤੇ ਸੀਮਿੰਟ ਲਾ ਕੇ ਸਰੀਏ ਖੜੀਏ ਕਰਕੇ ਕਿਹਨੂੰ ਰੋਕ ਰਹੇ ਆ ਕੋਈ ਦੁਸ਼ਮਣ ਆ ਰਿਹਾ ਕੌਣ ਬੈਠਾ ਉੱਥੇ ਉੱਥੇ ਆਮ ਕਿਸਾਨ ਆਮ ਲੋਕ ਬੈਠੇ ਆ ਇਸ ਕਰਕੇ ਮੋਦੀ ਸਰਕਾਰ ਦਾ ਅਤੇ ਆਰ ਐੱਸ ਐੱਸ ਦਾ ਇਹ ਮਜ਼ਾਕ ਬਣ ਰਿਹਾ ਪੂਰੇ ਵਰਲਡ ਦੇ ਵਿੱਚ ਕਿ ਆਪਣੇ ਆਵਾਮ ਨੂੰ ਆਪਣੇ ਦਿਲ ਦੀ ਗੱਲ ਅਤੇ ਆਪਣੇ ਹੱਕ ਦੀ ਗੱਲ ਇਹ ਨਹੀਂ ਕਰਨ ਦੇ ਜੇ ਇਸ ਕਰਕੇ ਜਿਹੜਾ ਸੰਘ ਹੈ ਇਹਨੂੰ ਮੈਂ ਬੇਨਤੀ ਕਰਦਾ ਕਿ ਪੂਰਾ ਆਵਾਮ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਵਪਾਰੀ ਹੈ ਚਾਹੇ ਦੁਕਾਨਦਾਰ ਹੈ ਇਹ ਜਾਗ ਚੁੱਕੇ ਆ ਆਪਣੀਆਂ ਜਿਹੜੀਆਂ ਕੋਝੀਆਂ ਚਾਲਾਂ ਇਹਨੂੰ ਬੰਦ ਕਰਕੇ ਆਮ ਆਵਾਮ ਦੇ ਨਾਲ ਹੋ ਕੇ ਉਹਨਾਂ ਦੇ ਜਿਹੜੇ ਹੱਕਾਂ ਦੀ ਗੱਲ ਹੈ ਉਹਨੂੰ ਸੁਣ ਕੇ ਤਾਂ ਹੀ ਦੇਸ਼ ਦਾ ਭਲਾ ਅਤੇ ਦੇਸ਼ ਦੀ ਤਰੱਕੀ ਹੋ ਸਕਦੀ ਹੈ ਬੇਨਤੀ ਕਰਨੀ ਚਾਹੁੰਦੀ ਕਿ ਜੋ ਸੰਘਰਸ਼ ਦੇ ਵਿੱਚ ਜਿੰਨੇ ਵੀਰ ਆਪਣੇ ਸ਼ਹੀਦ ਹੋਏ ਹੈ ਦੇਖੋ ਕਿੰਨਿਆਂ ਦੇ ਉੱਪਰ ਪਰਚੇ ਹੋਏ ਆ ਅਸੀਂ ਸੈਂਟਰ ਸਰਕਾਰ ਨੂੰ ਇਹੀ ਕਹਿੰਦੇ ਹਾਂ ਵੀ ਬਿਨਾਂ ਸੋਚੇ ਸਮਝੇ ਉਹਨਾਂ ਕੋਲ ਪਰਚੇ ਦਿੱਤੇ ਗਏ ਉਹਨਾਂ ਨੂੰ ਵਾਪਸ ਲਓ ਅਤੇ ਕਿੰਨੇ ਵੀਰਾਂ ਦੀ ਦੇਖੋ ਸ਼ਹੀਦੀ ਕਿੰਨਾ ਉਹਨਾਂ ਦੇ ਨਾਲ ਮਾੜਾ ਵਰਤਾਓ ਕੀਤਾ ਜਾਂਦਾ ਸੈਂਟਰ ਸਰਕਾਰ ਸਮਝ ਜੋ ਸਮਝਣਾ ਸਮਝ ਜੋ ਸਮਝ ਜੋ ਆਪਣੀ ਸੋਝੀ ਦੇ ਵਿੱਚ ਆ ਜਾਓ ਪਬਲਿਕ ਦੇ ਨਾਲ ਇਹਨਾਂ ਬੁਰਾ ਨਾ ਕਰੋ ਪਬਲਿਕ ਨੂੰ ਸਾਰੀ ਸੋਝੀ ਆ ਗਈ ਜੋ ਤੁਹਾਡੀਆਂ ਮਾੜੀਆਂ ਨੀਤੀਆਂ ਤੁਹਾਨੂੰ ਅਸੀਂ ਫਿਰ ਵੀ ਬੇਨਤੀ ਕਰਦੇ ਹਾਂ ਵੀ ਕਾਲੇ ਕਾਨੂੰਨਾਂ ਨੂੰ ਰੱਦ ਕਰੋ ਅੱਜ ਕਿਸਾਨ ਕਿੰਨਾ ਦੁਖੀ ਹੈ ਕਿੰਨਾ ਤੜਫ ਰਿਹਾ ਹੈ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤੜਫ ਨੂੰ ਕੋਈ ਸਮਝੇ ਬੱਚੇ ਹੈ ਪਰਿਵਾਰ ਹੈ ਕਿੰਨੇ ਬੈਠੇ ਕਿੰਨੇ ਤੜਫ ਰਹੇ ਇਹਦੇ ਅਤੇ ਮੈਨੂੰ ਲੱਗਦਾ ਵੀ ਇਹ ਤਾਂ ਜਿਹੜੇ ਕਾਨੂੰਨ ਕਰੇ ਉਹਨੇ ਹਮੇ ਰੱਦ ਤਾਂ ਹੋਣੇ ਹੋਣੇ ਚਾਹੀਦੇ ਹੀ ਆ ਕਿਉਂਕਿ ਜੇ ਭੱਲਾ ਹੋਵੇ ਤਾਂ ਇੰਨੀ ਜਾਣਨਾ ਇੰਨੀ ਸੰਗਤ ਭੜਕੀ ਹੈ ਜਿਹੜੀ ਉਹ ਕੋਈ ਕਾਰਨ ਹੀ ਹੈ ਨਾ ਜੇ ਪਤਾ ਜੀ ਕਾਰਨ ਵੀ ਸਮਝ ਗਏ ਤਾਂ ਉਸ ਤੋਂ ਕਾਲੇ ਕਾਨੂੰਨ ਜਿਹੜੇ ਉਹ ਰੱਦ ਕਰ ਦੇਣੇ ਚਾਹੀਦੇ ਆ ਅਸੀਂ ਜਿਹੜੇ ਸਾਡੇ ਜਥੇਦਾਰ ਹੈ ਜੀ ਸਾਡੇ ਆਗੂ ਹੈ ਕਿਸਾਨ ਮੋਰਚੇ ਦੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਵੀ ਜਿਸ ਤਰ੍ਹਾਂ ਉਹਨਾਂ ਨੇ ਮੂਵਮੈਂਟ ਚਲਾਈ ਹੈ ਪਿਛਲੇ 6 ਮਹੀਨਿਆਂ ਤੋਂ ਲੜਾਈ ਲੜਦੇ ਹੈ ਬੜੇ ਵਧੀਆ ਚੌਦੇ ਨਾਲ ਲੜਾਈ ਲੜਦੇ ਹੈ ਇਹ ਜਿਹੜਾ ਹੁਣ ਸਾਡਾ ਸ਼ਾਂਤਮਈ ਲੜਦੇ ਹਾਂ ਜਿਹੜਾ 26 ਤਰੀਕ ਨੂੰ ਮੋਦੀ ਸਰਕਾਰ ਨੇ ਉੱਥੇ ਆਪਣੇ ਗੁੰਡੇ ਭੇਜ ਕੇ ਲਾਲ ਕਿਲੇ ਪਰ ਜੋ ਕੁਛ ਕਰਾਇਆ ਆਰ ਐੱਸ ਐੱਸ ਵਾਲਿਆਂ ਅਸੀਂ ਉਹਨਾਂ ਦਾ ਬਹੁਤ ਵਿਰੋਧ ਕਰਦੇ ਹਾਂ ਵਿੱਚ ਸਾਡੇ ਮੁੰਡੇ ਹੈ ਚਲੋ ਅਸੀਂ ਗਲਤੀ ਮੰਨਦੇ ਹਾਂ ਵੀ ਜੋ ਉਹਨਾਂ ਨੇ ਕਰਿਆ ਉਹ ਆਪ ਮੁਹਾਰੇ ਉੱਥੇ ਚੱਲ ਪਏ ਸਾਡੇ ਜਥੇਬੰਦੀਆਂ ਦਾ ਕੋਈ ਉੱਥੇ ਪ੍ਰੋਗਰਾਮ ਨਹੀਂ ਤਾਂ ਵੀ ਅਸੀਂ ਲਾਲ ਕਿਲੇ ਦੇ ਝੰਡਾ ਚਲਾਉਣਾ ਹੈ ਪਰ ਜੋ ਇਹ ਸਰਕਾਰ ਮੋਦੀ ਸਰਕਾਰ ਆਪਣੇ ਗੁੰਡੇ ਭੇਜ ਕੇ ਸਾਡੇ ਸ਼ਾਂਤਮਈ ਧਰਨੇ ਨੂੰ ਚੱਲਦੇ ਨੂੰ ਬਦਨਾਮ ਕਰਨਾ ਚਾਹੁੰਦੇ ਹਾਂ ਅਸੀਂ ਇਹਨਾਂ ਦੇ ਚਾਲਾਂ ਨਹੀਂ ਚੱਲਣ ਦੇਵਾਂਗੇ ਅਸੀਂ ਪੂਰਾ ਡੱਟ ਕੇ ਵਿਰੋਧ ਕਰਾਂਗੇ ਜਿੰਨਾ ਵੀ ਸੱਤੇ ਹੋਇਆ ਅਸੀਂ ਜਿੰਨਾ ਹੋ ਸਕੇ ਵਿਰੋਧ ਅਸੀਂ ਕਰਾਂਗੇ 6 ਤਰੀਕ ਦਾ ਜੋ ਸੱਦਾ ਸਾਡੀਆਂ ਜਥੇਬੰਦੀਆਂ ਨੇ ਦਿੱਤਾ ਹੈ ਚੱਕਾ ਜਾਮ ਕਰਨਾ ਅਸੀਂ ਪੂਰੇ ਕੁਰਾਲੀ ਦੇ ਵਿੱਚ ਮੋਹਾਲੀ ਦੇ ਵਿੱਚ ਅਸੀਂ ਇਹਨਾਂ ਦਾ ਕਿਸਾਨ ਵੀਰਾਂ ਦਾ ਸਾਥ ਦੇਵਾਂਗੇ ਚੱਕਾ ਜਾਮ ਜਿਹੜਾ ਉਹਨੂੰ ਪੂਰਾ ਸਮਰਥਨ ਦੇਵਾਂਗੇ